ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਬਿੱਗ ਬ੍ਰੇਕਿੰਗ ਨਿਊਜ਼ ਆ ਹੁਣੇ-ਹੁਣੇ ਸਿੱਧਾ ਇੰਨਾ ਸਸਤਾ ਹੋਇਆ ਸੋਨਾ ਏਦੋਂ ਵਧੀਆ ਮੌਕਾ ਨਹੀਂ ਮਿਲਣਾ ਚੱਕ ਲਓ ਫਾਇਦਾ ਸੋ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਵੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਸੋਨਾ ਖਰੀਦਣ ਜਾ ਰਹੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ ਇਸ ਦੀ ਕੀਮਤ ਇੱਕ ਵਾਰ ਫਿਰ ਘਟ ਕੇ 48000 ਰੁਪਏ ਦੇ ਨਜ਼ਦੀਕ ਆ ਗਈ ਇਸ ਤੋਂ ਪਹਿਲਾਂ ਕਿ ਮੰਗ ਵਧਣ ਤੇ ਇਹ 50000 ਨੂੰ ਛੂ ਜਾਵੇ ਹੁਣ ਇਸ ਨੂੰ ਖਰੀਦਣ ਦਾ ਵਿਚਾਰ ਕਰ ਲੈਣਾ ਚਾਹੀਦਾ ਗਹਿਣੇ ਖਰੀਦਣ ਵਾਲੇ ਹੋ ਤਾਂ 22 ਕੈਰਟ ਸੋਨਾ ਇਹਨਾਂ ਤੋਂ ਥੋੜਾ ਸਸਤਾ ਪਵੇਗਾ ਖਾਸ ਗੱਲ ਇਹ ਹੈ ਕਿ ਗਲੋਬਲ ਪੱਧਰ ਤੇ ਸੋਨੇ ਦੀ ਕੀਮਤ 1880 ਡਾਲਰ ਪ੍ਰਤੀ ਔਂਸ ਤੋਂ ਪਾਰ ਪਹੁੰਚ ਗਈ ਹੈ ਜਿਸ ਕਾਰਨ ਇੱਥੇ ਵੀ ਅੱਗੇ ਕੀਮਤਾਂ ਵਧਣ ਦਾ ਖਦਸ਼ਾ ਹੈ 24 ਕੈਰਟ ਸੋਨੇ ਦੀ ਕੀਮਤ ਇਸ ਸਮੇਂ ਰਿਕਾਰਡ ਤੋਂ 8200 ਰੁਪਏ ਘੱਟ ਚੱਲ ਰਹੀ ਹੈ ਦਿੱਲੀ ਸਰਾਫਾ ਬਾਜ਼ਾਰ ਦੇ ਵਿੱਚ ਸੋਨਾ 48025 ਰੁਪਏ ਪ੍ਰਤੀ 10 ਗ੍ਰਾਮ ਤੇ ਕਰ ਰਿਹਾ ਹੈ ਤੇ ਮੌਜੂਦਾ ਹਾਲਾਤ ਦੇ ਵਿੱਚ ਮਾਹਰ ਸੋਨੇ ਦੀ ਕੀਮਤ 50000 ਤੇ ਪਹੁੰਚਣ ਦਾ ਅਨੁਮਾਨ ਕਈ ਵਾਰ ਜਤਾ ਚੁੱਕੇ ਹਨ ਉੱਥੇ ਹੀ ਚਾਂਦੀ 270 ਰੁਪਏ ਦੇ ਕਰੀਬ ਘੱਟ ਕੇ 71810 ਰੁਪਏ ਪ੍ਰਤੀ ਕਿਲੋਗ੍ਰam ਤੇ ਆ ਗਈ ਹੈ ਪਿਛਲੇ ਸੈਸ਼ਨ ਵਿੱਚ ਚਾਂਦੀ 71000 80 ਰੁਪਏ ਪ੍ਰਤੀ ਕਿਲੋਗ੍ਰam ਤੇ ਬੰਦ ਹੋਈ ਸੀ ਸੋਨਾ ਪਿਛਲੇ ਸੈਸ਼ਨ ਵਿੱਚ 48127 ਰੁਪਏ ਪ੍ਰਤੀ 10 ਗ੍ਰਾਮ ਤੇ ਸੀ HDFC ਸੈਕਿਉਰिटीज ਨੇ ਇਹ ਜਾਣਕਾਰੀ ਦਿੱਤੀ ਹੈ ਸੀਨੀਅਰ ਅਨਲਿਸਟ ਕਾਮੋਡਿਟੀਜ਼ ਤੱਪਨ ਪਟੇਲ ਨੇ ਕਿਹਾ ਕਿ ਡਾਲਰ ਦੇ ਮੁਕਾਬਲੇ ਰੁਪਏ ਦੇ ਵਿੱਚ ਮਜ਼ਬੂਤੀ ਨਾਲ 24 ਕੈਰਟ ਸੋਨੇ ਦੀ ਕੀਮਤ ਵਿੱਚ ਅੱਜ ਗਰਾਵਟਾਈਆ ਗਲੋਬਲ ਪੱਧਰ ਤੇ ਸੋਨਾ ਤੇਜ਼ੀ ਦੇ ਨਾਲ 1882.50 ਡਾਲਰ ਪ੍ਰਤੀ ਔਸਤ ਤੇ ਟ੍ਰੇਡ ਕਰ ਰਿਹਾ ਜਦੋਂ ਕਿ ਚਾਂਦੀ ਲਗਭਗ 27 0.67 ਡਾਲਰ ਪ੍ਰਤੀ ਔਂਸ ਤੇ ਸੀ ਗੌਰਤਲਬਾ ਕਿ ਭਾਰਤੀ ਕਰੰਸੀ ਇਸ ਮਹੀਨੇ ਕਈ ਵਾਰ ਚੜ ਚੁੱਕੀ ਇਸ ਨਾਲ ਡਾਲਰ ਦਾ ਮੁੱਲ 77 ਰੁਪਏ ਤੋਂ ਘਟ ਗਿਆ ਹੈ ਮੰਗਲਵਾਰ ਨੂੰ ਰੁਪਏ 19 ਪੈਸੇ ਦੀ ਵਾੜਤ ਦਰਜ ਕੀਤੀ ਗਈ ਡਾਲਰ ਦਾ ਮੁੱਲ 72.77 ਪੈਸੇ ਤੇ ਬੰਦ ਹੋਇਆ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਅਮਰੀਕੀ ਕਰੰਸੀ ਦੇ ਨਰਮ ਹੋਣ ਨਾਲ ਰੁਪਈਏ ਨੂੰ ਸਮਰਥਨ ਮਿਲਿਆ ਹੈ ਸੋਮਵਾਰ ਨੂੰ ਡਾਲਰ ਦਾ ਮੁੱਲ 72.96 ਪੈਸੇ ਸੀ ਤੇ ਵਿਸ਼ਵ ਪੱਧਰ ਵਿੱਚ ਪ੍ਰਮੁੱਖ 6 ਕਰੰਸੀਆਂ ਦੀ ਬਾਸਕਟ ਵਿੱਚ ਡਾਲਰ ਸੂਚਕੰਕ 0.26 ਫੀਸ ਦੀ ਡਿੱਗ ਕੇ 99.61 ਤੇ ਸੀ